ਉੱਥੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਗੈਂਗ ਵਾਰ ਹੋਈ ਹੈ। ਬੰਬੀਹਾ ਗਰੁੱਪ ਨੇ ਜ਼ਿੰਮੇਵਾਰੀ ਲਈ ਇਸ ਗੈਂਗ ਵਾਰ ਦੀ। ਜੇਲ੍ਹ ਵਿੱਚ ਪੰਮਾ ਬੰਨਾਂ ਵਾਲੀਆਂ 'ਤੇ ਹਮਲਾ ਹੋਇਆ ਅਤੇ ਇਸ ਧਾਰ ਹਥਿਆਰ ਨਾਲ ਉਸ 'ਤੇ ਹਮਲਾ ਹੋਇਆ। ਦਵਿੰਦਰ ਬੰਬੀਹਾ ਨੇ ਇੱਥੇ ਜ਼ਿੰਮੇਵਾਰੀ ਲਈ ਹੈ ਅਤੇ ਪੋਸਟ ਵਿੱਚ ਲਿਖਿਆ ਲੱਕੀ ਪਟਿਆਲ ਦੇ ਕਹਿਣ 'ਤੇ ਇਹ ਹਸ਼ਰ ਹੋਇਆ। ਲਿਵਿੰਗ ਇੰਡੀਆ ਨਿਊਜ਼ ਪੋਸਟ ਦੀ ਤਸਦੀਕ ਨਹੀਂ ਕਰਦਾ। ਜੇਲ੍ਹ ਵਿੱਚ ਪੰਮਾ ਬੰਨਾਂ ਵਾਲੀਆਂ 'ਤੇ ਹਮਲਾ ਹੋਇਆ। ਫਿਰੋਜ਼ਪੁਰ ਦੇ ਵਿੱਚ ਗੈਂਗ ਵਾਰ ਹੋਈ ਸੀ ਜੇਲ੍ਹ ਦੇ ਵਿੱਚ, ਤਾਂ ਤੇਜ਼ ਧਾਰ ਹਥਿਆਰ ਨਾਲ ਹਮਲਾ ਹੋਇਆ ਸੀ ਅਤੇ ਹੁਣ ਜ਼ਿੰਮੇਵਾਰੀ ਲਈ ਗਈ ਹੈ। ਸੋਸ਼ਲ ਮੀਡੀਆ 'ਤੇ ਦਵਿੰਦਰ ਬੰਬੀਹਾ ਦੇ ਗਰੁੱਪ ਨੇ ਇਹ ਜ਼ਿੰਮੇਵਾਰੀ ਲਈ ਹੈ। ਇਸੇ ਚੱਲਦਿਆਂ ਨਾ ਪੈਸੇ ਦੇ ਕੇ ਗੱਲ ਪਵਾਏ ਬੰਦੇ ਆਪ ਵੀ ਅੰਦਰ ਜੇਲ੍ਹ 'ਚ, ਉਹਨਾਂ ਪੈਸੇ ਦੇ ਕੇ ਗੱਲ ਪਵਾਏ, ਸੂਏ ਮਰਾਏ, ਕੈਂਚੀਆਂ ਮਰਾਈਆਂ, ਅਤੇ ਜਾਨ ਨੂੰ ਖਤਰਾ ਹੀ ਹੈ ਜੀ ਉਹਨਾਂ ਨੂੰ। ਐਵੇਂ ਨਜਾਇਜ਼ ਪਰਚੇ ਕਦੀ ਕਿਤੇ ਕਰਾਉਂਦਾ ਕਦੀ ਕਿਤੇ। ਹਾਂਜੀ, ਜੇਲ੍ਹ ਦੇ ਅੰਦਰ ਸੁੱਤੇ ਵੈਸੇ ਤਾਂ ਉਹਨਾਂ ਦੇ ਸੁੱਤਿਆਂ ਨੇ ਮਾਰੇ ਨੇ, ਸੱਤ ਅੱਠ ਜਣੇ ਸੀ ਜੀ। ਸੱਟ ਦਿਲ 'ਤੇ ਜ਼ਿਆਦਾ, ਸੂਏ ਜ਼ਿਆਦਾ ਵੱਜਿਆ, ਡੂੰਘਾ ਵੱਜਿਆ, ਟਾਂਕੇ ਲੱਗੇ ਹੱਥ 'ਤੇ ਵੀ ਇੱਕ। ਸਾਡੇ ਕੋਲ ਪੇਸ਼ੈਂਟ ਆਇਆ ਸੀ ਜੇਲ੍ਹ ਦੇ ਵਿੱਚੋਂ ਲੜਾਈ ਦੀ ਹਿਸਟਰੀ ਨਾਲ। ਅਸੀਂ ਜਦੋਂ ਪੇਸ਼ੈਂਟ ਆਇਆ ਉਹਦਾ ਸਾਰਾ ਟ੍ਰੀਟਮੈਂਟ ਸਟਾਰਟ ਕਰ ਚੁੱਕਿਆ, ਹਜੇ ਪੇਸ਼ੈਂਟ ਸਟੇਬਲ ਹੈ, ਬਾਕੀ ਇੰਜਰੀਜ਼ ਵਗੈਰਾ ਨੋਟ ਕਰ ਚੁੱਕੇ। ਹਾਂਜੀ, ਸਾਡੇ ਵੱਲੋਂ ਇੱਕ MLC ਕੱਟ ਦਿੱਤੀ ਗਈ ਹੈ ਪੇਸ਼ੈਂਟ ਦੀ, ਉਹਦੀ ਫਰਦਰ ਕਾਰਵਾਈ ਪੁਲਿਸ ਅੱਗੇ ਕਰੇਗੀ। ਪੇਸ਼ੈਂਟ ਬਿਲਕੁਲ ਸਟੇਬਲ ਹੈ ਹਜੇ। ਹਾਂਜੀ, ਸਾਡੇ ਕੋਲੋਂ ਪੇਸ਼ੈਂਟ ਆਇਆ ਸੀ ਜੇਲ੍ਹ ਦੇ ਵਿੱਚੋਂ ਲੜਾਈ ਦੀ ਹਿਸਟਰੀ ਨਾਲ। ਅਸੀਂ ਜਦੋਂ ਪੇਸ਼ੈਂਟ ਆਇਆ ਉਹਦਾ ਸਾਰਾ ਠੀਕ। ਉੱਥੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਗੈਂਗ ਵਾਰ ਹੋਈ ਹੈ। ਬੰਬੀਹਾ ਗਰੁੱਪ ਨੇ ਜ਼ਿੰਮੇਵਾਰੀ ਲਈ ਇਸ ਗੈਂਗ ਵਾਰ ਦੀ। ਜੇਲ੍ਹ ਵਿੱਚ ਪੰਮਾ ਬੰਨਾਂ ਵਾਲੀਆਂ 'ਤੇ ਹਮਲਾ ਹੋਇਆ ਅਤੇ ਇਸ ਧਾਰ ਹਥਿਆਰ ਨਾਲ ਉਸ 'ਤੇ ਹਮਲਾ ਹੋਇਆ। ਦਵਿੰਦਰ ਬੰਬੀਹਾ ਨੇ ਇੱਥੇ ਜ਼ਿੰਮੇਵਾਰੀ ਲਈ ਹੈ ਅਤੇ ਪੋਸਟ ਵਿੱਚ ਲਿਖਿਆ ਲੱਕੀ ਪਟਿਆਲ ਦੇ ਕਹਿਣ 'ਤੇ ਇਹ ਹਸ਼ਰ ਹੋਇਆ। ਲਿਵਿੰਗ ਇੰਡੀਆ ਨਿਊਜ਼ ਪੋਸਟ ਦੀ ਤਸਦੀਕ ਨਹੀਂ ਕਰਦਾ। ਜੇਲ੍ਹ ਵਿੱਚ ਪੰਮਾ ਬੰਨਾਂ ਵਾਲੀਆਂ 'ਤੇ ਹਮਲਾ ਹੋਇਆ। ਫਿਰੋਜ਼ਪੁਰ ਦੇ ਵਿੱਚ ਗੈਂਗ ਵਾਰ ਹੋਈ ਸੀ ਜੇਲ੍ਹ ਦੇ ਵਿੱਚ, ਤਾਂ ਤੇਜ਼ ਧਾਰ ਹਥਿਆਰ ਨਾਲ ਹਮਲਾ ਹੋਇਆ ਸੀ ਅਤੇ ਹੁਣ ਜ਼ਿੰਮੇਵਾਰੀ ਲਈ ਗਈ ਹੈ। ਸੋਸ਼ਲ ਮੀਡੀਆ 'ਤੇ ਦਵਿੰਦਰ ਬੰਬੀਹਾ ਦੇ ਗਰੁੱਪ ਨੇ ਇਹ ਜ਼ਿੰਮੇਵਾਰੀ ਲਈ ਹੈ। ਦੁਸ਼ਮਣੀ ਤਾਂ ਉਹਨਾਂ ਇਸੇ ਚੱਲਦਿਆਂ ਨਾ ਪੈਸੇ ਦੇ ਕੇ ਗੱਲ ਪਵਾਏ ਬੰਦੇ ਆਪ ਵੀ ਅੰਦਰ ਜੇਲ੍ਹ 'ਚ, ਉਹਨਾਂ ਪੈਸੇ ਦੇ ਕੇ ਗੱਲ ਪਵਾਏ, ਸੂਏ ਮਰਾਏ, ਕੈਂਚੀਆਂ ਮਰਾਈਆਂ, ਅਤੇ ਜਾਨ ਨੂੰ ਖਤਰਾ ਹੀ ਹੈ ਜੀ ਉਹਨਾਂ ਨੂੰ। ਐਵੇਂ ਨਜਾਇਜ਼ ਪਰਚੇ ਕਦੀ ਕਿਤੇ ਕਰਾਉਂਦਾ ਕਦੀ ਕਿਤੇ। ਹਾਂਜੀ, ਜੇਲ੍ਹ ਦੇ ਅੰਦਰ ਸੁੱਤੇ ਵੈਸੇ ਤਾਂ ਉਹਨਾਂ ਦੇ ਸੁੱਤਿਆਂ ਨੇ ਮਾਰੇ ਨੇ, 7-8 ਜਣੇ ਸੀ ਜੀ। ਸੱਟ ਦਿਲ 'ਤੇ ਜ਼ਿਆਦਾ, ਸੂਏ ਜ਼ਿਆਦਾ ਵੱਜਿਆ, ਡੂੰਘਾ ਵੱਜਿਆ, ਟਾਂਕੇ ਲੱਗੇ ਹੱਥ 'ਤੇ ਵੀ ਇੱਕ। ਸਾਡੇ ਕੋਲੋਂ ਪੇਸ਼ੈਂਟ ਆਇਆ ਸੀ ਜੇਲ੍ਹ ਦੇ ਵਿੱਚੋਂ ਲੜਾਈ ਦੀ ਹਿਸਟਰੀ ਨਾਲ। ਅਸੀਂ ਜਦੋਂ ਪੇਸ਼ੈਂਟ ਆਇਆ ਉਹਦਾ ਸਾਰਾ ਟ੍ਰੀਟਮੈਂਟ ਸਟਾਰਟ ਕਰ ਚੁੱਕਿਆ, ਹਜੇ ਪੇਸ਼ੈਂਟ ਸਟੇਬਲ ਹੈ, ਬਾਕੀ ਇੰਜਰੀਜ਼ ਵਗੈਰਾ ਨੋਟ ਕਰ ਚੁੱਕੇ। ਹਾਂਜੀ, ਸਾਡੇ ਵੱਲੋਂ ਇੱਕ MLC ਕੱਟ ਦਿੱਤੀ ਗਈ ਹੈ ਪੇਸ਼ੈਂਟ ਦੀ, ਉਹਦੀ ਫਰਦਰ ਕਾਰਵਾਈ ਪੁਲਿਸ ਅੱਗੇ ਕਰੇਗੀ। ਪੇਸ਼ੈਂਟ ਬਿਲਕੁਲ ਸਟੇਬਲ ਹੈ ਹਜੇ। ਹਾਂਜੀ, ਸਾਡੇ ਕੋਲੋਂ ਪੇਸ਼ੈਂਟ ਆਇਆ ਸੀ ਜੇਲ੍ਹ ਦੇ ਵਿੱਚੋਂ ਲੜਾਈ ਦੀ ਹਿਸਟਰੀ ਨਾਲ। ਅਸੀਂ ਜਦੋਂ ਪੇਸ਼ੈਂਟ ਆਇਆ ਉਹਦਾ ਸਾਰਾ